ਦੋਸਤੋ ਮੈਂ ਸੁਖਜਿੰਦਰ ਸਿੰਘ ਹੋਪ ਇੰਗਲਿਸ਼ ਇੰਸਟੀਚਿਊਟ ਸਿਡਨੀ ਆਸਟ੍ਰੇਲੀਆ ਤੋਂ ਅੱਜ ਦੀ ਵੀਡੀਓ ਵਿੱਚ ਅਸੀਂ ਇੱਕ ਕਲੈਰੀਫਿਕੇਸ਼ਨ ਦੇਣਾ ਚਾਹੁੰਦੇ ਹਾਂ ਵਰਕਿੰਗ ਐਂਡ ਹੋਲੀਡੇ ਵੀਜ਼ਾ ਜਿਹੜਾ ਕਿ ਸਰਪਲਸ 462 ਕੁਛ ਦਿਨਾਂ ਤੋਂ ਕਾਫੀ ਰੌਲਾ ਪਿਆ ਹੋਇਆ ਸਾਨੂੰ ਕੱਲ੍ਹ ਵੀ ਬਹੁਤ ਕਾਲਸ ਆਈਆਂ ਇੰਡੀਆ ਤੋਂ ਵੀ ਜਿਹੜਾ ਵਰਕਿੰਗ ਹੋਲੀਡੇ ਵੀਜ਼ਾ ਇਹ ਆ ਚੁੱਕਿਆ ਹੈ ਜਾਂ ਨਹੀਂ ਆ ਚੁੱਕਿਆ ਕਾਫੀ ਇਹ ਸਮਝਿਆ ਜਾ ਰਿਹਾ ਵੀ ਵੀਜ਼ਾ ਸ਼ੁਰੂ ਹੋ ਗਿਆ ਇਹ ਵੀਜ਼ਾ ਹਾਲੇ ਸ਼ੁਰੂ ਨਹੀਂ ਹੋਇਆ ਅਫਕੋਰਸ ਇਹ ਵੀਜ਼ਾ ਆਲਰੇਡੀ ਹੈਗਾ ਬਟ ਇੰਡੀਆ ਵਾਸਤੇ ਨਹੀਂ ਸ਼ੁਰੂ ਹੋਇਆ ਪਿਛਲੇ ਹਫ਼ਤੇ ਆਸਟ੍ਰੇਲੀਅਨ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਸਟੇਟਮੈਂਟ ਦਿੱਤੀ ਸੀ ਵੀ ਇੰਡੀਆ ਨੂੰ ਇਸ ਵੀਜ਼ੇ ਦੀ ਲਿਸਟ ਵਿੱਚ ਪਾਇਆ ਜਾ ਰਿਹਾ ਜਿਹੜੀ ਕਿ ਬਹੁਤ ਵਧੀਆ ਗੱਲ ਹੋਏਗੀ ਕਾਫੀ ਸਾਡੇ ਬੱਚੇ ਸੈਟਲ ਹੋ ਸਕਣਗੇ ਆਸਟ੍ਰੇਲੀਆ 'ਚ ਆ ਸਕਣਗੇ ਕੰਮ ਕਰ ਸਕਣਗੇ ਉਹ ਇੱਥੇ ਗਾਂ ਰਹਿ ਪਾਉਂਦੇ ਜਾਂ ਨਹੀਂ ਰਹਿ ਪਾਉਂਦੇ ਉਹਨਾਂ ਦੀ ਐਜੂਕੇਸ਼ਨ ਜਾਂ ਹੋਰ ਕਈ ਕ੍ਰਾਈਟੀਰੀਆ 'ਤੇ ਡਿਪੈਂਡ ਕਰੇਗਾ ਬਟ ਕਲੈਰੀਫਿਕੇਸ਼ਨ ਇਹ ਹੈ ਵੀ ਇਹ ਹਾਲੇ ਕੋਈ ਬਿੱਲ ਪਾਸ ਕੋਈ ਇੰਸਟਰੂਮੈਂਟ ਪਾਸ ਨਹੀਂ ਹੋਇਆ ਇਹ ਵੀਜ਼ਾ ਜਾਂ ਇੰਡੀਆ ਵਾਸਤੇ ਕਹਿ ਲਈਏ ਵੀ ਇਹ ਹਾਲੇ ਸ਼ੁਰੂ ਨਹੀਂ ਹੋਇਆ ਜਿੰਨੀਆਂ ਵੀ ਨਿਊਜ਼ ਰਿਪੋਰਟਸ ਤੁਸੀਂ ਦੇਖ ਰਹੇ ਆ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਇਹ ਕਹਿ ਰਹੇ ਨੇ ਵੀ ਵੀਜ਼ਾ ਸਟਾਰਟ ਹੋ ਗਿਆ ਉਹਨਾਂ ਦੇ ਮਕਸਦ ਇਹੀ ਸੀ ਸ਼ੇਅਰ ਕਰਨਾ ਵੀ ਇਹ ਅਗਾਂਹ ਪ੍ਰਪੋਜ਼ਡ ਹੈਗਾ ਡਿਪਾਰਟਮੈਂਟ 'ਤੇ ਗੌਰ ਕਰ ਰਿਹਾ ਅਤੇ ਇਹਨੂੰ ਸ਼ੁਰੂ ਕਰ ਸਕਦੇ ਨੇ ਸੋ ਬੇਨਤੀ ਇਹ ਹੈ ਵੀ ਇਸ ਵੀਡੀਓ ਨੂੰ ਪੰਜਾਬ ਦੇ ਪਿੰਡ ਪਿੰਡ ਤੱਕ ਫੈਲਾ ਦਿਓ ਤਾਂ ਕਿ ਬੱਚਿਆਂ ਨੂੰ ਇਹ ਪਤਾ ਲੱਗ ਸਕੇ ਭਰਾਵਾਂ ਨੂੰ ਭੈਣਾਂ ਨੂੰ ਸਾਨੂੰ ਪਤਾ ਲੱਗ ਸਕੇ ਕਿ ਇਹ ਵੀਜ਼ਾ ਸਟਾਰਟ ਨਹੀਂ ਹੋਇਆ ਅਤੇ ਉਹ ਕਿਤੇ ਮਿਸ ਇਨਫੋਰਮੇਸ਼ਨ ਅਧੀਨ ਕਿਸੇ ਨੂੰ ਪੈਸੇ ਨਾ ਦੇ ਬੈਠਣ ਜਾਂ ਕੋਈ ਯੂਨੋ ਆਪਣੀ ਇਨਵੈਸਟਮੈਂਟ ਨਾ ਕਰ ਪਟ ਕਿਸੇ ਨੂੰ ਕਿਸੇ ਏਜੰਟਾਂ ਦੇ ਥਰੂ ਨਾ ਸ਼ੁਰੂ ਹੋ ਜਾਣ ਸੋ ਬੇਨਤੀ ਇਹੀ ਹੈ ਜਿੱਦਣ ਇਹ ਵੀਜ਼ਾ ਸਟਾਰਟ ਹੋਏਗਾ ਅਸੀਂ ਖੁਦ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਤੁਹਾਡੇ ਅੱਗੇ ਅਗੇਨ ਵੀਡੀਓ ਲੈ ਕੇ ਆਵਾਂਗੇ ਅਤੇ ਉਸ ਵਿੱਚ ਅਸੀਂ ਇਸ ਵੀਜ਼ਾ ਕ੍ਰਾਈਟੀਰੀਆ ਵੀ ਐਕਸਪਲੇਨ ਕਰਾਂਗੇ ਸੋ ਅੱਜ ਤੱਕ ਇੰਨਾ ਹੀ ਹੈ ਇਹ ਵੀਜ਼ਾ ਹਾਲੇ ਸਟਾਰਟ ਨਹੀਂ ਹੋਇਆ ਥੈਂਕ ਯੂ ਵੈਰੀ ਮੱਚ